हां जी हेलो जी, सत श्री अकाल जी। स्वागत है जी ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਅੱਜ ਦਿਨ ਹੈਗਾ ਜੀ ਮੰਗਲਵਾਰ ਦਾ, ਤੇ ਅੱਜ ਬੱਚਿਆਂ ਨੂੰ ਬਾਕੀ ਸਾਰੇ ਸਕੂਲ ਨੂੰ ਛੁੱਟੀ ਆ, ਅੱਜ ਹੌਲੀਡੇ ਆ, ਤੇ ਜਿਨ੍ਹਾਂ ਬੱਚੇ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਹੋਇਆ ਉਹਨਾਂ ਦੀ ਅੱਜ ਪ੍ਰੈਕਟਿਸ ਸੀਗੀ, ਉਹਨਾਂ ਬੱਚਿਆਂ ਨੂੰ ਬੁਲਾਇਆ ਸੀ। ਤੇ ਵੈਸੇ ਵਿਚਾਰੀ ਅੱਜ ਸਹਿਜ ਦਾ ਪੇਟ ਥੋੜ੍ਹਾ ਜਿਹਾ ਖਰਾਬ ਸੀਗਾ, ਉਹਨੇ ਜਾਣਾ ਨਹੀਂ ਸੀਗਾ, ਤੇ ਕਹਿੰਦੀ ਵੀ ਮੰਮਾ ਮੈਂ ਜਾਣਾ ਨਹੀਂ ਹੈਗਾ ਅੱਜ। ਤੇ 20 ਮਿੰਟ ਪਹਿਲਾਂ, ਬੈਨ ਆਉਣ ਤੋਂ 20 ਮਿੰਟ ਪਹਿਲਾਂ ਹੀ ਉਹਨਾਂ ਦੇ ਟੀਚਰ ਦੇ ਕਾਲ ਆ ਗਈ, ਕਹਿੰਦੇ ਸਹਿਜਪ੍ਰੀਤ ਨੂੰ ਭੇਜਣਾ ਜ਼ਰੂਰ ਆ, ਡਾਂਸ ਟੀਚਰ ਕਹਿੰਦੇ ਸਹਿਜ ਆਉਣੀ ਜ਼ਰੂਰ ਚਾਹੀਦੀ ਆ, ਵੀ ਉਹਨੂੰ ਤੁਸੀਂ ਇਹ ਨਾ ਹੋਵੇ ਤੁਸੀਂ ਭੇਜੋ ਨਾ। ਤੇ ਫਿਰ ਸਹਿਜ ਨੂੰ ਵਿਚਾਰੀ ਨੂੰ ਜਾਣਾ ਪਿਆ, ਕਿਉਂਕਿ ਅੱਜ ਫਾਦਰ ਔਰ ਸਿਸਟਰ ਨੂੰ ਉਹਨਾਂ ਨੇ ਮਤਲਬ ਕਿ ਆਪਣਾ ਕਰਕੇ ਦਿਖਾਉਣਾ ਸੀ, ਜੋ ਵੀ ਕਥ ਵਗੈਰਾ ਕਰਿਆ ਹੈ ਨਾ ਉਹ ਕਰਕੇ ਦਿਖਾਉਣਾ ਸੀ, ਤਾਂ ਕਰਕੇ ਵਿਚਾਰੀ ਫਿਰ 20 ਮਿੰਟਾਂ ਦੇ ਵਿੱਚ ਜਲਦੀ ਜਲਦੀ ਤਿਆਰ ਹੋ ਕੇ ਗਈ ਆ, ਅਤੇ ਬੈਨ ਕਰ ਗਈ ਸੀਗੀ। ਬੈਨ ਪੂਰੇ ਟਾਈਮ 'ਤੇ ਤਿਆਰ ਹੋ ਗਈ ਸੀ, ਪੂਰੇ ਟਾਈਮ 'ਤੇ ਬੈਨ ਆ ਗਈ ਸੀਗੀ, ਕੜ ਗਈ ਸੀਗੀ। ਅਤੇ ਅਭਿਜੋਤ ਗਿਆ ਨਹੀਂ ਹੈਗਾ, ਉਹ ਕਹਿੰਦਾ ਮੰਮਾ ਮੈਂ ਨਹੀਂ ਜਾਣਾ ਹੈਗਾ, ਮੈਨੂੰ ਆਉਂਦਾ ਇਹ ਹੈ ਨਾ, ਆਉਂਦਾ ਤਾਂ ਸਹਿਜ ਨੂੰ ਵੀ ਅੱਜ, ਫਿਰ ਉਹਨਾਂ ਨੇ ਫਾਦਰ ਔਰ ਮਤਲਬ ਕਿ ਨੂੰ ਦਿਖਾਉਣਾ ਸੀਗਾ। ਅਭਿਜੋਤ ਅੱਜ ਘਰ ਆ, ਜੱਸੂ ਨਾਲ ਬਾਹਰ ਬੈਠਾ ਖੇਡ ਰਿਹਾ ਹੈ, ਅਤੇ ਜੱਸੂ ਵੀ ਘਰ ਆ, ਜੱਸੂ ਉਹਨਾਂ ਦੇ ਐਗਜ਼ਾਮ ਚੱਲ ਰਹੇ ਨੇ, ਅਤੇ ਨੂਰ ਗਿਆ ਹੋਇਆ ਸਕੂਲ, ਜੱਸੂ ਘਰ ਅੱਜ, ਦੋਨੇ ਇਕੱਠੇ ਬੈਠੇ ਖੇਡ ਰਹੇ ਨੇ। ਅਤੇ ਮੈਂ ਤਾਂ ਅਭਿਜੋਤ ਹੁਣੇ ਰੋਟੀ ਖਾ ਕੇ ਹਟੇ ਹਾਂ, ਅਤੇ ਮੈਂ ਕੀਤਾ ਸੀਗਾ ਜੀ ਔਨਲਾਈਨ ਔਡਰ ਕੀਤੇ ਸੀਗੇ ਆਪਣੇ ਹੈ ਨਾ ਕੁਸ਼ਨਸ ਕਵਰ, ਅਤੇ ਉਹ ਮੇਰੇ ਆ ਗਏ ਚੁੱਕੇ ਨੇ। ਮੈਂ 6 ਸੀਗੇ ਸੈੱਟ ਪੂਰਾ ਉਹ ਕੀਤਾ ਸੀਗਾ, ਪਰ ਹਾਲੇ ਮੇਰੇ ਕੋਲ ਕੁਸ਼ਨਸ ਨਹੀਂ ਹੈਗੇ ਉਹ ਛੋਟੇ ਵਾਲੇ, ਉਹ ਲੈ ਕੇ ਆਊਂਗੀ, ਸਿਰਫ ਮੇਰੇ ਕੋਲ 2 ਨੇ, ਕਿਉਂਕਿ ਸਾਇਦ ਆਪਾਂ ਨੇ ਗੱਡੀ 'ਚ ਰੱਖ ਲਏ ਸੀਗੇ, ਗੱਡੀ ਦੇ ਵਿੱਚੋਂ ਕੋਈ ਚੋਰੀ ਕਰ ਲੈ ਗਿਆ, ਗੱਡੀ ਦੇ ਵਿੱਚ ਹੈ ਹੀ ਨਹੀਂ ਹੁਣ ਉਹ, ਅਤੇ 2 ਰਹਿ ਗਏ, 3 ਗੱਡੀ 'ਚੋਂ ਚੱਕ ਲਏ ਕਿਸੇ ਨੇ, 3 ਸਾਇਦ ਆਪਾਂ ਨੇ ਗੱਡੀ 'ਚ ਰੱਖੇ ਹੋਏ ਸੀਗੇ, ਅਤੇ ਹੁਣ ਮੈਂ ਲੈ ਕੇ ਆਊਂਗੀ। ਬਟ ਮੈਂ ਉਹ ਹੁਣ ਲੈ ਮੰਗਵਾ ਲਏ, ਅਤੇ ਉਹ ਆ ਗਏ ਜੀ, 2 ਦੇ ਉੱਪਰ ਆਪਾਂ ਨੇ ਚੜ੍ਹਾ ਤੇ, ਇੱਕ ਹੈਗਾ ਜੀ ਇਹ ਬਟਰਫਲਾਈ ਵਾਲਾ, ਅਲੱਗ ਅਲੱਗ ਮਤਲਬ ਕਿ ਪਿਕਚਰਸ ਜੀਆਂ ਬਣੀਆਂ ਹੋਈਆਂ ਨੇ, ਅਤੇ ਇੱਕ ਇਹ ਆ, ਇਹ ਵਾਲਾ ਵੀ ਮੈਂ, ਇਹ ਵਾਲੇ 2 ਚੜ੍ਹਾ ਤੇ, ਅਤੇ 4 ਰੱਖ ਲਏ, ਕਿਉਂਕਿ 4 ਮੈਂ ਹੁਣ ਲੈ ਕੇ ਆਊਂਗੀ ਜੀ ਜਾ ਕੇ, ਜਿਸ ਦਿਨ ਖੰਨੇ ਵਗੈਰਾ ਗਏ, ਹਜੇ ਤਾਂ ਨਹੀਂ, ਹਜੇ ਤਾਂ ਪਹਿਲਾਂ ਕੱਪੜੇ ਕੁੱਪੜੇ ਲਵਾਂਗੇ, ਚਲੋ ਜਦੋਂ ਵੀ ਲੈ ਹੋ ਗਏ ਹੈ ਨਾ, ਦੱਸਿਓ ਜੀ ਜ਼ਰੂਰ ਵੀ ਸੋਹਣੇ ਲੱਗ ਰਹੇ ਨੇ ਪਏ, ਕਿਉਂਕਿ ਬਰਾਊਨ ਜਿਹੇ ਦੇ ਪਰ ਨਾ ਵਧੀਆ ਨਹੀਂ ਸੀ ਲੱਗਦੇ, ਬਰਾਊਨ ਜਿਹੇ ਆਊਟ 'ਚ ਲੱਗਦੇ ਸੀਗੇ, ਤਾਂ ਕਰਕੇ ਫਿਰ ਮੈਂ ਇਹ ਔਨਲਾਈਨ ਔਡਰ ਕਰਤੇ ਸੀਗੇ, ਮੈਂ ਤਾਂ ਗ੍ਰੇ ਹੀ ਕੀਤੇ ਸੀਗੇ। ਅਤੇ ਅਭਿਜੋਤ ਇੰਨਾ ਸਹਿਜ ਕਹਿੰਦੀ ਮੰਮਾ ਗ੍ਰੇ ਨਾ ਮੰਗਾਓ, ਵੀ ਤੁਸੀਂ ਆਹ ਮੰਗਾ ਲਓ, ਆਹ ਸੋਹਣੇ ਲੱਗਦੇ ਆ, ਵੀ ਅਲੱਗ ਅਲੱਗ ਨਾਲੇ ਕਿਸੇ ਪਰ ਡੋਲ ਬਣੀ ਹੋਈ, ਕਿਸੇ ਪਰ ਕੁਛ ਬਣਿਆ ਹੋਇਆ, ਕਹਿੰਦੀ ਮੰਮਾ ਤੁਸੀਂ ਇਹ ਮੰਗਵਾ ਲਓ, ਫਿਰ ਮੈਂ ਇਹ ਮੰਗਵਾ ਲਏ ਸੀਗੇ। ਅਤੇ ਉਹ ਲੱਗੇ ਹੋਏ ਨੇ ਜੀ ਬਾਹਰ, ਪਤਾ ਨਹੀਂ ਤਾਸ਼ ਵਗੈਰਾ ਕੁਛ ਖੇਡਦੇ ਨੇ 2 ਜਾਣੇ, ਕਿਉਂਕਿ ਜੱਸੂ ਵੀ ਬੋਰ ਹੋਈ ਹੋਈ ਆ, ਉਹ ਅੱਜ ਘਰ ਆ, ਅਭਿਜੋਤ ਨੇ ਤਾਂ ਬੋਰ ਹੋਣਾ ਹੀ ਆ, ਕਿਉਂਕਿ ਸਹਿਜ ਘਰ ਹੈ ਨਹੀਂ, ਘਰੇ ਰਹਿ ਕੇ ਬੋਰ ਹੋ ਜਾਂਦੇ ਨੇ। ਚਲੋ ਜੀ ਹੁਣ ਅਸੀਂ ਰੋਟੀ ਪਾਣੀ ਖਾ ਲਿਆ ਜੀ ਹੁਣ, ਅਤੇ ਹੁਣ ਮੈਂ ਆਪਣੇ ਕੰਮ ਕਾਰ ਕਰਾਂ ਸ਼ੁਰੂ। ਅੱਜ ਸਾਡੇ ਜੀ ਕੱਟ ਲੱਗਿਆ ਹੋਇਆ ਲਾਈਟ ਦਾ, 9:30 ਵਜੇ ਚਲੇ ਗਈ ਸੀਗੀ, 9:15 ਵਜੇ, ਕਹਿੰਦੇ 5 ਵਜੇ ਆਊਗੀ। ਸ਼ੁਕਰ ਆ ਮੈਂ ਆਪਣੇ ਕੱਲ੍ਹ ਕੱਪੜੇ ਧੋ ਲਏ ਸੀਗੇ, ਅੱਜ ਮੇਰਾ ਕੋਈ ਕੰਮ ਹੈ ਨਹੀਂ ਗਾ ਇੰਨਾ ਖਾਸ, ਬਸ ਝਾੜੂ ਪੋਚਾ ਹੈ, ਅਤੇ ਨਹਾਈ ਮੈਂ ਹੈ ਨਹੀਂ ਗੀ, ਕਿਉਂਕਿ ਸਹਿਜ ਦੇ ਪਾਪਾ ਨਾ ਆ ਗਏ, ਅਭਿਜੋਤ ਨਾ ਲਿਆ, ਹੁਣ ਗੀਜ਼ਰ 'ਚ ਪਾਣੀ ਨਹੀਂ ਹੈਗਾ, ਹੁਣ ਤਾਂ 5 ਵਜੇ ਤੋਂ ਬਾਅਦ ਇਹ ਨਾ ਹੋਊਗਾ, ਕਿਉਂਕਿ ਉੱਦਾਂ ਮੂੰਹ ਹੱਥ ਵਗੈਰਾ ਮੈਂ ਧੋ ਲਿਆ, ਅਤੇ ਕਿਉਂਕਿ ਠੰਡ ਲੱਗਦੀ ਆ, ਠੰਡੇ ਪਾਣੀ ਦੇ ਨਾਲ ਹੁਣ ਨਹੀਂ ਨਾ ਆਇਆ ਜਾਂਦਾ ਹੈਗਾ, ਇੱਕ ਤਾਂ ਵੈਸੇ ਹੀ ਟੈਂਕੀ ਵਿੱਚ ਸੁੰਨ ਪਿਆ ਪਾਣੀ, ਅਤੇ ਉਹ ਆਪਾਂ ਲਾਈਟ ਆਏ 'ਤੇ ਨਹਾਵਾਂਗੇ। ਅਤੇ ਹੁਣ ਜੀ ਮੈਂ ਆਪਣਾ ਕਰਨੇ ਨੇ ਕੰਮ ਕਾਰ, ਕਿਚਨ ਦੇ ਵਿੱਚ ਵੜਦੇ ਹਾਂ ਜੀ, ਕਿਚਨ ਦੇ ਵਿੱਚ ਹੁਣ ਦੇਖੋ ਪਿਆਜ਼ ਵਗੈਰਾ ਸਾਰਾ ਕੁਛ, ਮੈਂ ਸਬਜ਼ੀਆਂ ਵਗੈਰਾ ਲਈਆਂ ਸੀਗੀਆਂ ਉਹ ਰੱਖਦੀ ਹਾਂ ਨਾਲੇ, ਅਤੇ ਬਣੇ ਰਹੋ ਜੀ ਮੇਰੀ ਵੀਡੀਓ ਦੇ ਨਾਲ। ਹਾਂਜੀ ਇੱਥੇ ਆ ਗਏ ਸੀਗੇ ਆਪਾਂ ਕਿਚਨ ਦੇ ਵਿੱਚ, ਕਿਚਨ ਦੇ ਵਿੱਚ ਲੱਗ ਗਈ ਸੀਗੀ ਮੈਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਰੱਖਣ, ਕਿਉਂਕਿ ਕੱਲ੍ਹ ਮੈਂ ਮਿਰਚਾਂ ਇੱਥੇ ਤੋਂ ਵੀ ਲੈ ਲਈਆਂ ਸੀਗੀਆਂ, ਅਤੇ ਸਹਿਜ ਦੇ ਪਾਪਾ ਵੀ ਲਿਆਏ ਸੀਗੇ, ਕਿਉਂਕਿ ਉਹਨਾਂ ਤੋਂ ਮੰਗਵਾਏ ਸੀਗੇ ਮੈਂ ਪਿਆਜ਼, ਤਾਂ ਕਰਕੇ ਫਿਰ ਉਹ ਮਿਰਚਾਂ ਵੀ ਲੈ ਕੇ ਆ ਗਏ ਸੀਗੇ। ਅਤੇ ਮੈਂ ਇੱਥੇ ਮਿਰਚਾਂ, ਮੈਂ ਕਿਹਾ ਚਲੋ ਵੀ ਡੰਡੀਆਂ ਤੋੜ ਕੇ ਰੱਖ ਦਿੰਦੀ ਹਾਂ, ਫਿਰ ਤੁਹਾਨੂੰ ਪਤਾ ਜੇ ਡੰਡੀਆਂ ਦੇ ਨਾਲ ਪਈਆਂ ਰਹਿੰਦੀਆਂ ਨੇ ਤਾਂ ਖਰਾਬ ਜਲਦੀ ਹੋ ਜਾਂਦੀਆਂ ਨੇ, ਸੁੱਕ ਵੀ ਜਾਂਦੀਆਂ ਨੇ, ਜੇ ਆਪਾਂ ਡੰਡੀਆਂ ਤੋੜ ਕੇ ਰੱਖ ਦਿੰਦੇ ਹਾਂ ਤਾਂ ਮਿਰਚ ਫਰੈਸ਼ ਰਹਿੰਦੀ ਆ, ਅਤੇ ਇੱਦਾਂ ਹੀ ਵਧੀਆ ਪਈ ਰਹਿੰਦੀ ਆ, ਜਿੰਨੇ ਦਿਨ ਮਰਜ਼ੀ ਵਰਤ ਲਓ ਖਰਾਬ ਨਹੀਂ ਹੁੰਦੀ ਹੈਗੀ, ਲਿਫਾਫੇ ਦੇ ਵਿੱਚ ਬੰਦ ਕਰਕੇ ਰੱਖ ਦੇਵੇ ਫਿਰ ਖਰਾਬ ਵੀ ਨਹੀਂ ਹੁੰਦੀਆਂ ਹੈਗੀਆਂ, ਮਤਲਬ ਕਿ ਫਰਿੱਜ ਵਗੈਰਾ ਦੇ ਵਿੱਚ। ਹਾਂਜੀ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਹੋ ਜੀ, ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਔਰ ਮੇਰੀ ਵੀਡੀਓ ਨੂੰ ਫੋਲੋ ਅੱਜ ਜ਼ਰੂਰ ਕਰਿਆ ਕਰੋ ਜੀ, ਔਰ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਆ ਕਰੋ ਹੈ ਨਾ। ਅਤੇ ਬਸ ਜੀ ਹੁਣ ਇੱਥੇ ਮੈਂ ਕਿਹਾ ਚਲੋ ਇਹਨਾਂ ਨੂੰ ਆਪਾਂ ਸਵਾਰ ਦਿੰਦੇ ਹਾਂ। ਇੱਥੇ ਜੀ ਮੈਂ ਲਏ ਸੀਗੇ ਕੱਲ੍ਹ ਖੀਰੇ, ਧਨੀਆ,
ਅਤੇ ਹਰੀਆਂ ਮਿਰਚਾਂ ਲਈਆਂ ਸੀਗੀਆਂ ਅਤੇ ਮੈਨੂੰ ਨਹੀਂ ਸੀਗਾ ਪਤਾ ਵੀ ਸ਼ਾਇਦ ਪਾਪਾ ਵੀ ਲੈ ਕੇ ਆਉਣਗੇ ਕਿਉਂਕਿ ਮੈਂ ਇਕੱਲੇ ਪਿਆਜ਼ ਮੰਗਵਾਏ ਸੀਗੇ ਅਤੇ ਨਾਲ ਉਹ ਫਿਰ ਮਿਰਚਾਂ ਵੀ ਲੈ ਆਏ ਸੀਗੇ ਅਤੇ ਇਹਨਾਂ ਨੂੰ ਮੈਂ ਧੋ ਕੇ ਰੱਖ ਦੂੰਗੀ ਵਾਸ਼ ਕਰਕੇ ਖੀਰਿਆਂ ਨੂੰ ਫਿਰ ਮੈਂ ਇਹਨਾਂ ਨੂੰ ਫਰਿੱਜ ਦੇ ਵਿੱਚ ਲਗਾ ਦੂੰਗੀ ਅਤੇ ਇੱਥੇ ਜਿਹੜੀਆਂ ਮੈਂ ਲਈਆਂ ਸੀਗੀਆਂ ਮਿਰਚਾਂ ਤਾਂ ਕਾਫੀ ਜ਼ਿਆਦਾ ਗੰਦੀਆਂ ਜਿਹੀਆਂ ਸੀਗੀਆਂ ਮਤਲਬ ਕਿ ਸਾਫ਼ ਇੰਨੀਆਂ ਜ਼ਿਆਦਾ ਨਹੀਂ ਸੀ ਵਧੀਆ ਅਤੇ ਜਿਹੜੀ ਸਹਿਜ ਦੇ ਪਾਪਾ ਲੈ ਗਏ ਸੀ ਉਹ ਤਾਂ ਮਿਰਚ ਲੰਬੀ ਹੋਈ ਅਤੇ ਸਾਫ਼ ਸੁਥਰੀ ਬਹੁਤ ਸੀਗੀ ਅਤੇ ਖਾਣ ਨੂੰ ਵੀ ਬਹੁਤ ਟੇਸਟੀ ਸੀਗੀ ਤਿੱਖੀ ਜਿਹੀ ਸੀਗੀ ਅਤੇ ਮੈਂ ਚਲੋ ਮੈਂ ਕਿਹਾ ਹੁਣ ਫਿਰ ਮੈਂ ਇਕੱਠੀਆਂ ਰੱਖ ਦਿੰਦੀ ਹਾਂ ਜਿਹੜੀਆਂ ਜ਼ਿਆਦਾ ਰੈੱਡ ਹੋ ਗਈਆਂ ਸੀਗੀਆਂ ਉਹ ਮੈਂ ਕੱਢ ਕੇ ਰੱਖ ਲਈਆਂ ਸੀ ਫਿਰ ਮੈਂ ਉਹਨਾਂ ਨੂੰ ਸੁਕਾ ਲੈਂਦੀ ਹੁੰਦੀ ਹਾਂ ਅਤੇ ਜਿਹੜੀਆਂ ਖਰਾਬ ਜੀਆਂ ਸੀਗੀਆਂ ਉਹ ਫਿਰ ਮੈਂ ਵਿੱਚ ਉਹ ਕਰਤੀਆਂ ਸੀਗੀਆਂ ਅਤੇ ਬਸ ਜੀ ਇੱਥੇ ਆਪਾਂ ਇਹੀ ਕੰਮਾਂ 'ਤੇ ਲੱਗੇ ਹੋਏ ਸੀਗੇ ਤੁਹਾਨੂੰ ਪਤਾ ਵੀ ਇਹ ਕੰਮ ਵੀ ਜ਼ਰੂਰੀ ਨੇ ਅਤੇ ਆਪਣਾ ਬਾਅਦ ਵਿੱਚ ਸਫਾਈਆਂ ਵਗੈਰਾ ਆਪਾਂ ਨੇ ਬਾਅਦ ਵਿੱਚ ਕੀਤੀਆਂ ਸੀਗੀਆਂ ਪਹਿਲਾਂ ਮੈਂ ਕਿਹਾ ਪਹਿਲਾਂ ਇਹੀ ਕਰਦੇ ਹਾਂ ਫਿਰ ਤੁਹਾਨੂੰ ਪਤਾ ਸੈਲਫ ਜੀ ਭਰੀ ਭਰੀ ਵੀ ਚੰਗੀ ਨਹੀਂ ਲੱਗਦੀ ਹੈਗੀ ਅਤੇ ਮੈਨੂੰ ਤਾਂ ਜ਼ਿਆਦਾ ਸੈਲਫ ਜੀ ਸਾਫ਼ ਹੀ ਵਧੀਆ ਲੱਗਦੀ ਹੁੰਦੀ ਹੈ ਵੀ ਖਾਲੀ ਖਾਲੀ ਜ਼ਿਆਦਾਤਰ ਰਹੇ ਅਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਚੱਕ ਦਿੰਦੀ ਹਾਂ ਜੀ ਇਹ ਆਪਾਂ ਹੁਣ ਸਾਰਾ ਕਿਚਨ ਵਗੈਰਾ ਸਾਫ਼ ਕਰਕੇ ਆ ਗਏ ਸੀਗੇ ਅਤੇ ਅੰਦਰ ਵੀ ਸਾਰੀ ਡਸਟਿੰਗ ਵਗੈਰਾ ਸਾਰਾ ਕੁਛ ਕਰ ਲਿਆ ਸੀਗਾ ਮੈਂ ਇੱਥੇ ਲੱਗੀ ਸੀਗੀ ਝਾੜੂ ਲਗਾਉਣ ਅਤੇ ਸਹਿਜ ਨਾ ਸੋਰੀ ਸਹਿਜ ਕਹਿਤਾ ਸਹਿਜ ਤਾਂ ਸਕੂਲ ਗਈ ਹੋਈ ਸੀਗੀ ਅਤੇ ਅਵੀ ਜੱਸੂ ਖੇਡ ਰਹੇ ਸੀਗੇ ਬਾਹਰ ਮੈਂ ਲੱਗ ਗਈ ਸੀਗੀ ਉਹ ਆਪਣਾ ਬੈਠੇ ਸੀਗੇ ਧੁੱਪ ਦੇ ਵਿੱਚ ਅਤੇ ਇੱਥੇ ਮੈਂ ਲੱਗ ਗਈ ਸੀਗੀ ਅੱਜ ਮੈਂ ਵਲੋਗ ਵੀ ਫਿਰ ਐਡਿਟ ਕੀਤਾ ਸੀਗਾ ਮੈਂ ਰਾਤ ਨਹੀਂ ਕੀਤਾ ਫਿਰ ਮੈਂ ਦਿਨੇ ਸਵੇਰੇ ਉੱਠ ਕੇ ਆਪਣਾ ਜਦੋਂ ਸਹਿਜ ਨੂੰ ਭੇਜ ਕੇ ਸਹਿਜ ਦੇ ਪਾਪਾ ਨੂੰ ਭੇਜ ਕੇ ਫਿਰ ਮੈਂ ਪਹਿਲਾਂ ਵਲੋਗ ਐਡਿਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਿਚਨ ਵਗੈਰਾ 'ਚ ਤੁਹਾਨੂੰ ਪਤਾ ਹੀ ਆ ਕੰਮ ਕਾਰ ਕੀਤੇ ਹੈ ਨਾ ਅਤੇ ਹੁਣ ਮੈਂ ਝਾੜੂ ਦੀ ਵਾਰੀ ਆ ਗਈ ਹੁਣ ਮੈਂ ਲਗਾ ਰਹੀ ਸੀਗੀ ਝਾੜੂ ਅਤੇ ਝਾੜੂ ਤੋਂ ਬਾਅਦ ਆਪਾਂ ਕੱਢ ਦਾਂਗੇ ਪੋਚਾ ਅਤੇ ਅੱਜ ਸਾਡੇ ਲਾਈਟ ਹੈ ਨਹੀਂ ਸੀਗੀ ਲਾਈਟ 9:30 ਤੋਂ ਚਲੇ ਗਈ ਸੀਗੀ ਅਤੇ 9:30 ਗਈ 9:15 ਅਤੇ ਬਸ ਜੀ ਹੁਣ ਮੈਂ ਆਪਣਾ ਝਾੜੂ ਕੱਢ ਕੇ ਆਪਾਂ ਹੋਰ ਕਰਾਂਗੇ ਕੰਮ ਕਾਰ ਅਤੇ ਕੰਮ ਕਾਰ ਕਰਕੇ ਆਪਣਾ ਪੋਚਾ ਵਗੈਰਾ ਲਗਾ ਕੇ ਫਿਰ ਹੋ ਜਾਣਾ ਜੀ ਆਪਾਂ ਨੇ ਫ੍ਰੀ ਫ੍ਰੀ ਹੋ ਕੇ ਫਿਰ ਆਪਾਂ ਮਾਰਾਂਗੇ ਗੱਲਾਂ ਬਾਤਾਂ ਅੱਜ ਮੇਰੇ ਕੰਮ ਸਾਰੇ ਇੰਨੇ ਕੁ ਘਰੇ ਕੀਤੇ ਨੇ ਕਿਉਂਕਿ ਕੱਪੜੇ ਅੱਜ ਵਾਸ਼ ਕੀਤੇ ਨਹੀਂ ਹੈਗੇ ਕੱਪੜੇ ਆਪਣੇ ਹੈਗੇ ਸੀਗੇ ਮਤਲਬ ਕਿ ਅੱਜ ਲਾਈਟ ਕਰਕੇ ਧੋਣ ਵਾਲੇ ਵੀ ਨਹੀਂ ਸੀਗੇ ਜ਼ਿਆਦਾ ਅਤੇ ਲਾਈਟ ਤਾਂ ਹੈ ਹੀ ਨਹੀਂ ਸੀਗੀ ਧੋ ਤਾਂ ਕਿੱਥੋਂ ਹੋਣੇ ਸੀਗੇ ਹੈ ਨਾ ਅਤੇ ਕੰਮ ਤੁਹਾਨੂੰ ਪਤਾ ਲਾਈਟ ਨਾ ਹੋਵੇ ਕੰਮ ਫਿਰ ਇੰਨੇ ਜ਼ਿਆਦਾ ਹੁੰਦੇ ਵੀ ਨਹੀਂ ਹੈਗੇ ਰੋਟੀ ਪਾਣੀ ਦਾ ਸੀ ਉਹ ਆਪਾਂ ਸਾਰੇ ਨਿਬੇੜ ਲਏ ਸੀਗੇ ਇੱਥੇ ਮੈਂ ਝਾੜੂ ਲਗਾ ਕੇ ਜਿਹੜੇ ਬਾਲ ਸੀਗੇ ਥੋੜ੍ਹੇ ਬਹੁਤੇ ਹੈ ਨਾ ਗਿਰ ਜਾਂਦੇ ਨੇ ਨੀਚੇ ਫਿਰ ਉਹ ਮੈਂ ਇਕੱਠੇ ਕਰਕੇ ਮੈਂ ਬਾਹਰ ਨਹੀਂ ਸੁੱਟਦੀ ਵਾਲਾਂ ਨੂੰ ਮੈਂ ਨਾ ਵਾਲਾਂ ਨੂੰ ਮਤਲਬ ਕਿ ਆਪਣੇ ਡਸਟਬਿਨ 'ਚ ਪਾ ਲੈਂਦੀ ਹਾਂ ਜਿਨ੍ਹਾਂ ਦੇ ਵਿੱਚ ਲਿਫਾਫੇ ਵਗੈਰਾ ਸੁੱਟਦੇ ਆ ਫਿਰ ਉਹ ਫਿਰ ਮੈਂ ਇਕੱਠੀ ਜਦੋਂ ਜਾਲਣੇ ਹੁੰਦੇ ਆ ਫਿਰ ਮੈਂ ਨਾਲੇ ਉਹਨਾਂ ਨੂੰ ਵੀ ਜਾਲ ਦਿੰਦੀ ਹਾਂ ਹੈ ਨਾ ਕਿਉਂਕਿ ਫਿਰ ਤੁਹਾਨੂੰ ਵੀ ਪਤਾ ਰੁਲਦੇ ਫਿਰੀ ਜਾਂਦੇ ਨੇ ਫਿਰ ਚੰਗੇ ਨਹੀਂ ਲੱਗਦੇ ਵਾਲਾਂ ਨੂੰ ਇੱਦਾਂ ਰੋਲਣਾ ਵੀ ਨਹੀਂ ਚਾਹੀਦਾ ਅਤੇ ਇੱਥੇ ਜੀ ਲਾ ਲਿਆ ਜੀ ਮੈਂ ਆਪਣਾ ਝਾੜੂ ਹਾਂਜੀ ਕੰਮਾਂ ਕਾਰਾਂ ਤਾਂ ਹੋ ਗਏ ਜੀ ਆਪਾਂ ਫ੍ਰੀ ਇੱਧਰ ਵੀਰ ਜੀ ਉਹਨੀ ਅਤੇ ਦੀਦੀ ਜੱਸੂ ਦੀ ਅਤੇ ਅਭੀ ਜੋਤ ਦੇਖੋ ਜੀ ਔਰੇਂਜ ਖਾ ਰਹੇ ਨੇ ਇਹ ਘਰ ਘਰ ਖੇਡਦੇ ਨੇ ਇਹਨਾਂ ਨੇ ਕੰਬਲਾਂ ਦੇ ਘਰ ਬਣਾਏ ਹੋਏ ਨੇ ਦੋਹਾਂ ਜਾਣਿਆਂ ਨੇ ਇਹਦਾ ਜੀ ਨਹੀਂ ਲੱਗਦਾ ਹੈ ਨਾ ਅਭੀ ਜੋਤ ਨਹੀਂ ਲੱਗ ਨਹੀਂ ਰਿਹਾ ਹੈਗਾ ਘਰ ਇਕੱਠੇ ਹੁੰਦੇ ਨੇ ਉਦੋਂ ਤਾਂ ਇਹ ਲੜਦੇ ਨੇ ਬਹੁਤ ਜ਼ਿਆਦਾ ਹੁਣ ਜੀ ਨਹੀਂ ਲੱਗਦਾ ਦੀਦੀ ਤੋਂ ਬਿਨਾਂ ਬਹੁਤ ਝੂਠਾ ਇਹਦਾ ਹੁਣ ਇੰਨਾ ਬੋਰ ਹੋਇਆ ਪਿਆ ਇਹਦਾ ਜੀ ਨਹੀਂ ਲੱਗਦਾ ਵੀ ਹਾਂ ਸਹਿਜ ਘਰ ਨਹੀਂ ਹੈਗੀ ਇਹਨਾਂ ਨੇ ਆਪਣਾ ਦੇਖੋ ਜੀ ਸਾਡੀ ਦੀਦੀ ਦੇ ਲੱਗ ਰਹੀ ਆ ਜੀ ਮਹਿੰਦੀ ਅਸੀਂ ਦੀਦੀ ਦਾ ਬਸ ਵਿਆਹ ਕਰ ਦੇਣਾ ਹੁਣ ਉਹ ਬੈਠੇ ਰਹੇ ਦੇ ਪਾਪਾ ਹੁਣੇ ਆਏ ਨੇ ਕੰਮ ਤੋਂ ਅਤੇ ਦੀਦੀ ਸਾਡੀ ਜੀ ਲੱਗੀ ਹੋਈ ਆ ਫੰਕਸ਼ਨ ਦੇ ਵਿੱਚ ਸਾਨੂੰ ਲਿਆਉਂਦੀਆਂ ਪਈਆਂ ਨੇ ਹਨੇਰੀਆਂ ਸਾਨੂੰ ਜੀ ਸਾਨੂੰ ਸਮਾਨ ਇਕੱਠਾ ਕਰਨਾ ਸਾਨੂੰ ਪਤਾ ਵੀ ਕਿੰਨਾ ਔਖਾ ਹੋ ਜਾਂਦਾ ਏ ਪਿੰਡਾਂ 'ਚ ਰਹਿ ਕੇ ਸਾਨੂੰ ਪਤਾ ਹੈ ਜੀ ਅਸੀਂ ਕਿਵੇਂ ਇਹਦਾ ਪੂਰਾ ਕਰਦੇ ਹਾਂ ਪਰ ਦੀਦੀ ਹੁਣ ਲੱਗ ਗਈ ਹੁਣ ਗਾਹਾਂ ਨੂੰ ਨਹੀਂ ਲੱਗਣਾ ਬਸ ਬਸ ਠੀਕ ਆ ਆਪਣਾ ਮੈਡਮ ਨੂੰ ਪਹਿਲਾਂ ਕਹਿ ਦੀ ਹੁਣ ਨਾ ਮੈਨੂੰ ਕਾਲ ਕਰਾਈ ਕਿਸੇ ਵੀ ਮੈਡਮ ਤੋਂ ਆਪਣਾ ਪਹਿਲਾਂ ਕਹਿ ਦੀ ਮੈਂ ਨਹੀਂ ਲੱਗਣਾ ਨਹੀਂ ਅਸੀਂ ਤਾਂ ਇਹ ਵੀਡੀਓ ਬਣਾਵਾਂਗੇ ਨਹੀਂ ਅਸੀਂ ਦੀਦੀ ਤੈਨੂੰ ਹਟਾ ਕੇ ਸਰਕਾਰੀ ਸਕੂਲ 'ਚ ਲਾ ਦੇਣਾ ਸਰਕਾਰੀ ਸਕੂਲ 'ਚ ਲੱਗੂਗੀ ਉੱਧਰ ਦੇਖੋ ਜੀ ਉਹ ਨੌ ਖਾਂਦਾ ਬੈਠਾ ਉਹ ਨੌ ਖਾਂਦਾ ਉਹ ਕਿਤਾਬ ਨਹੀਂ ਉਹਨੇ ਹੁਣ ਚੱਕ ਲਈ ਵੀ ਪਾਪਾ ਆ ਗਿਆ ਵੀ ਡੰਡਾ ਫਿਰੂਗਾ ਹੁਣ
ਕਿਉਂਕਿ ਇਹਨਾਂ ਨੂੰ ਵਾਰਨਿੰਗ ਮਿਲੀ ਹੋਈ ਹੈ ਤਾਂ ਕਰਕੇ ਹਲੇ ਪਾਪਾ ਨੂੰ ਨੀ ਪਤਾ ਕੀ ਕਹਿਣਾ। ਕਹਿੰਦਾ ਪਾਪਾ ਹੁਣ ਮੈਂ ਪੜ੍ਹਨ ਲੱਗਿਆ, ਕਹਿੰਦਾ ਮੈਂ ਕਹਿ ਕੇ ਆਇਆ ਵੀ ਮੈਂ ਹਲੇ ਠਹਿਰ ਕੇ ਆਉਂਦਾ, ਹਜੇ ਵੀ ਬਾਹਰ ਜਾਣ ਦੀ ਸੋਚਦਾ ਇੰਨੇ ਰਾਤ ਨੂੰ ਵੀ। दीदी नू स्कूल छड़ना, अविजोत नू स्कूल छड़ना 11 बजे। वैन इन्हां दी आउणी नहीं हैगी, हुण सानू पता भी किन्नी टेंशन होई पई आ, ते 2 बजे असीं जाणा फिर। ना वैन नहीं आउणी हैगी। अभी जो तेरी उंगलियां पट देनी मैं जो हूं तेरे मुंह च पै गई, नौ खाई जांदा गंदा जिहा। इधर जस्सू अपना लगा रही है मेहंदी, पैरां ते भी लगाई है दिखाई सज। दीदी के पैरां ते भी लाई आ, दीदी ने पूरी कथक वाली बनना। था थैया दीदी का दिमाग देखो जी किन्ना साड़ी दा। पहला हले सिर नहाना सीगा ते मैं दी पहले ही लाके बैठ गई। एनु मैं क्या सीगा जे कोई काम रहंदा पहला कर ला बस। अजे रोटी भी खानी है, रोटी कौन खिलाऊगा? आप। मैं क्यों खिलाऊंगी? हां अभी जो ते तू नहीं खिलांदे ते एदा बाद च मम्मा मेनू रोटी नहीं खिलांदे। ना ना मैं नहीं किसे नूं खिलाउणी। अभी जो तू तां भाई अपना रात नूं सिर नहा के पै जा, क्योंकि जे तू दिन च नहाता ते ना ना सुकन दी गल नहीं हैगी। दिन च तेनू हवा लग जांदी है, फिर तेनू मुड़ के खंग जी खुल खुल होई रहणी है। रात नूं लगदी है? नहीं लगदी। रात हुंदा निग्गा ही हुंदा आराम नाल पै के। फिर रात नूं सारे ना बाल पटदे आ घर आ के जी। किदे किदे घर वाला बस फोन च बड़े रहंदा। देखो जी साडे तां जी सज्जने माड़ा जिहा घर आ जांदा तां फोन च बड़े रहंदा, सुणदा कुछ भी नहीं हैगा। कन्ना च लाए होए हैडफोन, चाह बना ली सरदार साहब ने अपनी शक्कर वाली, पता नहीं काहदी चीनी वाली बनाई आ, शक्कर वाली शक्कर वाली सरदार साहब चाह बना के अपनी पीण लगे आ। मैं करके आई हां सैर, ते इह व्लॉग दा जी हुण आपां इत्थे करदे आं एंड। मिलांगे जी थोनू कल न्यू ब्लॉग दे नाल, नवी शुरुआत दे नाल। ते जे हो सके सहद स्कूल च वीडियो बनाऊंगी थोड़ी जी। असहज मैम नूं कहदी कि मैम मेरी पूरी वीडियो बना लियो, असीं तां बना नहीं सकदे। क्यों नहीं बना सकदे? अगे अलाउड नहीं सी, हुण अलाउड है सारा कुछ। किने कहा? पेरेंट्स बना सकदे हो, ते फोटो नहीं, पेरेंट्स कोल नहीं जान दिंदे, फोटो भी नहीं सी खिंच सकदे। हां फिर हुण ते खिंच सकदे किने खिंचदे ने? पर पुछ ली ते कोल तां जान नहीं देना हैगा, गल तां कोल दी आ। अपनी मैम नूं कहदी असीं आए आ कोल। मैं कहूंगी मैम नूं भी इक बार कहने स्टाला लगनी, आओ अपने पैसे खर्चो, खुश होके दस दिया कहदी इस बार स्टाला लगनगे। मैं कहा अपने पैसे खर्चो खाओ, मैंने ओरा नूं कह दिया करो कि जे इन्ने पैसे लंदे आ सानूं थोड़ा बहुत खाण नूं दे दिया करन। कुछ देण गई की दे दने सैंडविच कॉफी मेरा दा इन्ना करदा है। देखो कॉफी पीती बनदी इन्ना दूध लगदा हो वो भी पानी वाला। ਇੰਨੀ ਖੁਸ਼ ਹੋ ਗਈ ਦੀ ਹੈ ਸਟਾਲਾਂ ਲੱਗਣੀ ਸਟਾਲਾਂ ਦੇ ਵਿੱਚ ਪੈ ਗਿਆ। ਹਾਂਜੀ ਕੀ ਪਤਾ ਹੈ ਫੂਲ ਮੈਨੂੰ ਆ ਕੀ ਸੀ ਉਹ ਜਿਹੜਾ ਪਿੱਤਾ ਸਾਂ ਚ ਉਹ ਬੰਦਾ ਨੇ ਤੇ ਅੱਜ ਫਿਰ ਵੀ ਇੱਕ ਵਾਰ ਸਹਿਜ ਕਹਿ ਦੀ ਮੈਮ ਨੂੰ ਕਿ ਮੈਮ ਮੈਮ ਕੇ ਮੂਰੇ ਖੜ ਕੇ ਆ ਚੰਗੀ ਤਰ੍ਹਾਂ ਤੁਸੀਂ ਕਰਨਾ ਹੈ ਸਾਲ ਮੈਡਮ ਜੀ ਨੇ ਨਾ ਤਿੰਨ ਆਪਣੇ ਗਲੇ ਤੇ ਲਾਣੇ ਨੇ, ਤਿੰਨ ਸੱਤੇ ਲਾਣੇ ਆ ਤੇ ਸਹਿਜ ਤੇਰਾ ਮੂੰਹ ਕਿਵੇਂ ਦਿਖੂਗਾ? ਤੇਰਾ ਮੈਂ ਇਹ ਕੰਮ ਕੀ ਦਿਖੂਗਾ? ਓ ਮਾਈ ਗੋਡ ਟਿੱਕਾ ਨਹੀਂ ਲਾਉਣਾ ਕੋਈ ਵੀ, ਬਸ ਇਹੀ ਲਾਉਣਾ ਛੋਟੂ ਜੀ ਆ। तेरा मुंह के मैं दिखूंगा? तेरा मुंह तो भोरा का, तेन मैं कहते कहती हूँ भाई रोटी खा ला रज के खराब खा ला। रोटी नहीं खाई जी होंगी, इतनी मोटा हो जाता बंदा। तेरा मुंह तो हुण ना तो तेरे मेकअप का पता लगना है, ना तेरे टिक्कियां का पता लगना, तेरा भोरा का इतना। गाइस देखियो मेनू दिखायो, ये देख देखो जी इतना के तो मुंह आ एडा तेरा टिक्का ही लग जाना, आ सारा मथा ढक हो जाना, इधर नु भी लगना है, आ इतनी के मथी जी रह जानी, इत्थे इत्थे बिंदी एडी लग जानी, आ तो दिखना तो ही हट जाना। सुन ਤੇ ਆ ਇੰਨੀ ਕੁ ਮੂੰਹ ਦੇ ਉੱਤੇ ਕੀ ਇਹ ਮੇਕਅਪ ਇੰਨੇ ਕਿਤੇ ਕਰ ਹੋਊਗਾ? ਦੇਖੋ ਆ ਇੰਨਾ ਕੁ ਭੂਰਾ ਆ ਮੰਮਾ ਕਾਲ ਜੇ ਬੰਦਾ ਖਾਵੇ ਪੀਵੇ ਰੱਜ ਕੇ ਪੂਰੇ ਕਹਿੰਦੇ ਕਰ ਲੈ ਕਰ ਜਾ ਹੋਵੇ, ਆ ਮੇਰੇ ਮੂੰਹ ਤੇ ਕਰੋ ਮੇਕਅਪ, ਕੱਲਾ ਕੱਲੀ ਚੀਜ਼ ਦਿਖੂਗੀ ਲੱਗੀ ਹੋਈ ਤੁਸੀਂ ਲੱਗ ਜਾਤਾ ਠੀ ਠੀ ਠੀ। ਐਡਾ ਮੂੰਹ ਵੀ ਹੋਣਾ ਚਾਹੀਦਾ ਪੁੱਤ, ਐਡਾ ਦਾ ਮੂੰਹ ਹੋਣਾ ਚਾਹੀਦਾ ਘਟੋ ਘਟ, ਮੇਕਅਪ ਕੱਲੇ ਕੱਲੀ ਚੀਜ਼ ਉੱਪਰ ਮੇਰੀ ਗਰਦਨ ਪੜੀ ਹੈ, ਮੂੰਹ ਨਹੀਂ ਬੜਾ ਦੇਖੋ ਜਿਰਾਫ ਇੰਨੀ ਦਾ ਇੰਨੀ ਕੁ ਮੂੰਹ ਆ ਇਹਦੇ ਜੀ ਇੰਨਾ ਕੁ ਮੂੰਹ ਆ ਬਸ, ਕਿਉਂਕਿ ਨਾ ਇਹ ਰੋਟੀ ਖਾਂਦੀ, ਹਰ ਇੱਕ ਚੀਜ਼ ਨੂੰ ਪਲੇਸ ਕਰਕੇ ਖਾਂਦੀ ਆ, ਹਰ ਇੱਕ ਜੋ ਵੀ ਬਣਦਾ ਹੈ ਇਹ ਚੱਲ ਹਾਂ ਹਰ ਇੱਕ ਕੱਟਣਾ ਹੈ। ਫਾਸਟ ਫੂਡ ਤਾਂ ਇੱਕ ਖੁਸ਼ ਹੋ ਕੇ ਖਾਂਦੀ ਆ,
ਚਲੋ ਜੀ ਹੁਣ ਆਪਾਂ ਇਹ ਵੀਡੀਓ ਦਾ ਕਰਦੇ ਇੱਥੇ ਐਂਡ, ਮਿਲਦੇ ਹਾਂ ਤੁਹਾਨੂੰ ਕੱਲ ਨਿਊ ਵੀਡੀਓ ਦੇ ਨਾਲ, ਨਵੀਂ ਸ਼ੁਰੂਆਤ ਦੇ ਨਾਲ। ਓਕੇ ਜੀ ਬਾਏ ਬਾਏ। ਓਕੇ ਜੀ ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ। ਬਣਾਉਂਦੇ ਹਾਂ ਜੀ ਆਪਾਂ ਰੋਟੀ ਪਾਣੀ, ਮਿਲਦੇ ਹਾਂ ਜੀ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ। ਬਾਏ ਬਾਏ।